ਖਨੌਰੀ ਮੱਠ ਤੇ ਖੜੇ ਆ। ਸੋ ਜਿਹੜਾ ਲਗਾਤਾਰ ਆਪਣਾ ਮੋਰਚਾ ਚੱਲ ਰਿਹਾ, 157 ਦਿਨ ਦੇ ਪਾਸ ਆ ਜਿਹੜਾ ਉਹ ਚੱਲਿਆ। ਸਰਕਾਰ ਭੁਲੇਖੇ 'ਚ ਨਾ ਰਹੇ ਕਿ ਕਿਸਾਨ ਇਹ ਅੰਦੋਲਨਕਾਰੀ ਬਿਨਾਂ ਕੁਛ ਲਏ ਉੱਠ ਜਾਣਗੇ। ਅਸੀਂ ਹਰ ਹਾਲਤ ਉਹਨਾਂ ਮੰਗਾਂ ਨੂੰ, ਜਿਹੜੇ ਮੁੱਦੇ ਸਰਕਾਰ ਦੇ ਮੰਨੇ ਹੋਏ ਨੇ, ਸਰਕਾਰ ਨੇ ਉਹ ਮੁੱਦੇ ਮੰਨੇ ਨੇ, ਸਰਕਾਰ ਨੇ ਉਹ ਮੰਗਾਂ ਮੰਨੀਆਂ ਨਾ, ਔਰ ਉਹ ਮੰਨੀਆਂ ਮੰਗਾਂ ਬਾਵਜੂਦ ਸਰਕਾਰ ਸਾਡੇ ਨਾਲ ਵਿਸ਼ਵਾਸਘਾਤ ਕੀਤਾ ਹੈ। ਵਿਸ਼ਵਾਸਘਾਤ ਸਰਕਾਰ ਹੈ ਔਰ ਇਹਨੂੰ ਸਬਕ ਸਿਖਾਇਆ ਅੱਜ ਖਰੌੜੀਆਂ 'ਤੇ। ਇਸੇ ਕਰਕੇ ਜਿਹੜੀ ਤੁਰਨ ਲਈ ਸਰਕਾਰ ਬਣੀ ਹੈ, ਇਸ ਗੱਲ ਤੋਂ ਸਾਨੂੰ ਉਸ ਪਾਰਟੀ ਨੂੰ, ਉਸ ਸਰਕਾਰ ਨੂੰ ਸਬਕ ਸਿੱਖਣਾ ਚਾਹੀਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆ 3 ਸੂਬਿਆਂ ਦੇ ਜਿਹੜੇ ਇਲੈਕਸ਼ਨ ਹੈ, ਇਹਨਾਂ 'ਚੋਂ ਸਫਾਇਆ ਹੋ ਜਾਣਾ ਇਸ ਪਾਰਟੀ ਦਾ। ਇਸ ਕਰਕੇ ਸਾਡੇ ਕੰਨੀ ਧਿਆਨ ਕਰਨਾ ਚਾਹੀਦਾ, ਉਹਨਾਂ ਮੰਗਾਂ 'ਤੇ ਗੌਰ ਕਰਨੀ ਚਾਹੀਦੀ ਹੈ, ਤੁਰੰਤ ਉਹਨਾਂ ਮੰਗਾਂ ਨੂੰ ਲਾਗੂ ਕਰਨਾ ਚਾਹੀਦਾ, ਔਰ ਜਿੰਨਾ ਚਿਰ ਲਾਗੂ ਨਹੀਂ ਹੁੰਦੀਆਂ ਅਸੀਂ ਇੱਥੋਂ ਕਿਸੇ ਵੀ ਕੀਮਤ ਕਿਸੇ ਹਾਲ ਦੇ ਵਿੱਚ ਨਹੀਂ ਜਾਵਾਂਗੇ। ਸਾਡੀ ਤਿਆਰੀ ਹੈ ਕਿ ਕੋਰਟ ਦਾ ਜਿਹੜਾ ਆਰਡਰ ਹੈ, ਉਸ ਆਰਡਰ ਦੇ ਉੱਤੇ ਸਰਕਾਰ ਕੀ ਫੈਸਲਾ ਕਰਦੀ ਹੈ, ਜਦ ਨਾਕਾ ਇਹ ਖੁੱਲ੍ਹਦਾ ਅਤੇ ਅਸੀਂ ਆਪਣਾ ਜਿਹੜਾ ਇੱਥੋਂ ਸਾਡੇ ਵਹੀਕਲ ਸਾਡਾ ਪ੍ਰੋਗਰਾਮ ਹੈ ਜਿਹੜਾ ਉਠਾ ਕੇ ਅਸੀਂ ਆਪਣਾ ਫਿਰ ਦਿੱਲੀ ਦੇ ਵਿੱਚ, ਭਾਵੇਂ ਉਹ ਜੰਤਰ ਮੰਤਰ ਹੋਵੇ, ਭਾਵੇਂ ਰਾਮਲੀਲਾ ਗਰਾਊਂਡ ਹੋਵੇ, ਅਸੀਂ ਆਪਣੀਆਂ ਉਹਨਾਂ ਮੰਗਾਂ ਨੂੰ ਮਨਾਉਣ ਲਈ, ਉਹਨਾਂ ਮੰਗਾਂ ਨੂੰ ਲਾਗੂ ਕਰਾਉਣ ਲਈ ਕਿੰਨਾ ਸਮਾਂ ਲੱਗੇ ਸੀ ਉਹ ਸਮਾਂ ਲਾਵਾਂਗੇ ਅਤੇ ਮੰਗਾਂ ਨੂੰ ਲਾਗੂ ਕਰਾ ਕੇ ਜਾਵਾਂਗੇ। ਸੋ ਜਿੰਨਾ ਜਿਹੜੇ ਜ਼ਿਲ੍ਹੇ 'ਚੋਂ ਦੁੱਧ ਆਇਆ, ਅਸੀਂ ਉਹਨਾਂ ਦਾ ਸਾਡੀ ਜਿਹੜੀ ਖਨੌਰੀ ਵਾਰਡ ਦੀ ਕਮੇਟੀ, ਸਾਰੀ ਕਮੇਟੀ ਵੱਲੋਂ ਧੰਨਵਾਦ ਕਰਦੇ ਹਾਂ ਔਰ ਜੀ ਆਇਆਂ ਕਹਿੰਦੇ ਹਾਂ। ਅਤੇ ਤੁਰੰਤ ਇਸੇ ਤਰ੍ਹਾਂ ਸਾਡਾ ਜਿਹੜਾ ਪ੍ਰੋਗਰਾਮ ਸਾਡਾ ਇਸੇ ਤਰ੍ਹਾਂ ਜਿਹੜੀ ਸਪਲਾਈ ਹੈ, ਉਹ ਭਾਵੇਂ ਲੰਗਰ ਦੀ ਹੈ, ਭਾਵੇਂ ਦੁੱਧ ਦੀ ਹੈ, ਭਾਵੇਂ ਪਾਣੀ ਦੀ, ਉਹ ਲਗਾਤਾਰ ਚੱਲ ਹੀ ਰਹੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਨੌਰੀ ਵਾਰਡ 'ਤੇ ਖੜੇ ਹਾਂ। ਸੋ ਜਿਹੜਾ ਲਗਾਤਾਰ ਆਪਣਾ ਮੋਰਚਾ ਚੱਲ ਰਿਹਾ ਹੈ, 157 ਦਿਨ ਦੇ ਪਾਸ ਆ ਜਿਹੜਾ ਉਹ ਚੱਲਿਆ। ਸਰਕਾਰ ਭੁਲੇਖੇ 'ਚ ਨਾ ਰਹੇ ਕਿ ਕਿਸਾਨ ਇਹ ਅੰਦੋਲਨਕਾਰੀ ਬਿਨਾਂ ਕੁਛ ਲਏ ਉੱਠ ਜਾਣਗੇ। ਅਸੀਂ ਹਰ ਹਾਲਤ ਉਹਨਾਂ ਮੰਗਾਂ ਨੂੰ, ਜਿਹੜੇ ਮੁੱਦੇ ਸਰਕਾਰ ਦੇ ਮੰਨੇ ਹੋਏ ਨੇ, ਸਰਕਾਰ ਨੇ ਉਹ ਮੁੱਦੇ ਮੰਨੇ ਨੇ, ਸਰਕਾਰ ਨੇ ਉਹ ਮੰਗਾਂ ਮੰਨੀਆਂ ਨਾ, ਔਰ ਉਹ ਮੰਨੀਆਂ ਮੰਗਾਂ ਬਾਵਜੂਦ ਸਰਕਾਰ ਸਾਡੇ ਨਾਲ ਵਿਸ਼ਵਾਸਘਾਤ ਕੀਤਾ ਹੈ। ਵਿਸ਼ਵਾਸਘਾਤ ਸਰਕਾਰ ਹੈ ਔਰ ਇਹਨੂੰ ਸਬਕ ਸਿਖਾਇਆ ਅੱਜ ਖਰੌੜੀਆਂ 'ਤੇ। ਇਸੇ ਕਰਕੇ ਜਿਹੜੀ ਤੁਰਨ ਲਈ ਸਰਕਾਰ ਬਣੀ ਹੈ, ਇਸ ਗੱਲ ਤੋਂ ਸਾਨੂੰ ਉਸ ਪਾਰਟੀ ਨੂੰ, ਉਸ ਸਰਕਾਰ ਨੂੰ ਸਬਕ ਸਿੱਖਣਾ ਚਾਹੀਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆ 3 ਸੂਬਿਆਂ ਦੇ ਜਿਹੜੇ ਇਲੈਕਸ਼ਨ ਹੈ, ਇਹਨਾਂ 'ਚੋਂ ਸਫਾਇਆ ਹੋ ਜਾਣਾ ਇਸ ਪਾਰਟੀ ਦਾ। ਇਸ ਕਰਕੇ ਸਾਡੇ ਕੰਨੀ ਧਿਆਨ ਕਰਨਾ ਚਾਹੀਦਾ, ਉਹਨਾਂ ਮੰਗਾਂ 'ਤੇ ਗੌਰ ਕਰਨੀ ਚਾਹੀਦੀ ਹੈ, ਤੁਰੰਤ ਉਹਨਾਂ ਮੰਗਾਂ ਨੂੰ ਲਾਗੂ ਕਰਨਾ ਚਾਹੀਦਾ, ਔਰ ਜਿੰਨਾ ਚਿਰ ਲਾਗੂ ਨਹੀਂ ਹੁੰਦੀਆਂ ਅਸੀਂ ਇੱਥੋਂ ਕਿਸੇ ਵੀ ਕੀਮਤ ਕਿਸੇ ਹਾਲ ਦੇ ਵਿੱਚ ਨਹੀਂ ਜਾਵਾਂਗੇ। ਸਾਡੀ ਤਿਆਰੀ ਹੈ ਕਿ ਕੋਰਟ ਦਾ ਜਿਹੜਾ ਆਰਡਰ ਹੈ, ਉਸ ਆਰਡਰ ਦੇ ਉੱਤੇ ਸਰਕਾਰ ਕੀ ਫੈਸਲਾ ਕਰਦੀ ਹੈ, ਜਦ ਨਾਕਾ ਇਹ ਖੁੱਲ੍ਹਦਾ ਅਤੇ ਅਸੀਂ ਆਪਣਾ ਜਿਹੜਾ ਇੱਥੋਂ ਸਾਡੇ ਵਹੀਕਲ ਸਾਡਾ ਪ੍ਰੋਗਰਾਮ ਹੈ ਜਿਹੜਾ ਉਠਾ ਕੇ ਅਸੀਂ ਆਪਣਾ ਫਿਰ ਦਿੱਲੀ ਦੇ ਵਿੱਚ, ਭਾਵੇਂ ਉਹ ਜੰਤਰ ਮੰਤਰ ਹੋਵੇ, ਭਾਵੇਂ ਰਾਮਲੀਲਾ ਗਰਾਊਂਡ ਹੋਵੇ, ਅਸੀਂ ਆਪਣੀਆਂ ਉਹਨਾਂ ਮੰਗਾਂ ਨੂੰ ਮਨਾਉਣ ਲਈ, ਉਹਨਾਂ ਮੰਗਾਂ ਨੂੰ ਲਾਗੂ ਕਰਾਉਣ ਲਈ ਕਿੰਨਾ ਸਮਾਂ ਲੱਗੇ ਸੀ ਉਹ ਸਮਾਂ
ਲਾਵਾਂਗੇ ਤੇ ਮੰਗਾਂ ਨੂੰ ਲਾਗੂ ਕਰਾ ਕੇ ਜਾਵਾਂਗੇ। ਸੋ ਜਿੰਨਾ ਜਿਹੜੇ ਜ਼ਿਲ੍ਹੇ 'ਚੋਂ ਦੁੱਧ ਆਇਆ ਅਸੀਂ ਉਹਨਾਂ ਦਾ ਸਾਡੀ ਜਿਹੜੀ ਖਨੌਰੀ ਬਾਰਡਰ ਕਮੇਟੀ ਸਾਰੀ ਕਮੇਟੀ ਵੱਲੋਂ ਧੰਨਵਾਦ ਕਰਦੇ ਹਾਂ ਔਰ ਜੀ ਆਇਆ ਕਹਿੰਦੇ ਹਾਂ ਅਤੇ ਤੁਰੰਤ ਇਸੇ ਤਰ੍ਹਾਂ ਸਾਡਾ ਜਿਹੜਾ ਪ੍ਰੋਗਰਾਮ ਸਾਡਾ ਇਸੇ ਤਰ੍ਹਾਂ ਜਿਹੜੀ ਸਪਲਾਈ ਆ ਉਹ ਭਾਵੇਂ ਲੰਗਰ ਦੀ ਆ ਭਾਵੇਂ ਦੁੱਧ ਦੀ ਆ ਭਾਵੇਂ ਪਾਣੀ ਦੀ ਆ ਲਗਾਤਾਰ ਚੱਲ ਹੀ ਰਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।